ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਗੁਰਪਿਆਰੀ ਸੰਗਤ ਜੀ, ਅਸੀਂ ਪਹੁੰਚੇ ਹਾਂ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਬਣੇ ਹੋਏ ਮਿਊਜ਼ੀਅਮ ਦੇ ਅੰਦਰ, ਜਿਹੜਾ ਕਿ ਇੱਕ ਪੈਕਟੋਰੀਅਲ ਤੁਸੀਂ ਕਹਿ ਲਓ ਕਿ ਵਾਲ ਪੇਂਟਿੰਗਸ ਦੇ ਉੱਤੇ ਹੈ, ਔਰ ਉਸ ਤੋਂ ਬਾਅਦ ਕੁਛ ਜਿਹੜੀਆਂ ਨੇ ਚੀਜ਼ਾਂ ਰੱਖੀਆਂ ਗਈਆਂ ਨੇ ਜਿਹੜੀਆਂ ਕਿ ਸਿੱਖਿਜ਼ਮ ਨਾਲ ਰਿਲੇਟਿਡ ਨੇ। ਇੱਕ ਓਨਕਾਰ ਦਾ ਪ੍ਰਚਾਰ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਤਸਵੀਰ ਦੇ ਨਾਲ, ਔਰ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਪੰਜਵੀਂ ਛੇਵੀਂ ਪਾਤਸ਼ਾਹੀ ਨਨਕਾਣਾ ਸਾਹਿਬ ਦੀ ਪਿਕਚਰ ਹੈ ਜੀ। ਉਸ ਤੋਂ ਬਾਅਦ ਦਰਬਾਰ ਸਾਹਿਬ ਕਰਤਾਰਪੁਰ, ਠੀਕ ਹੈ ਜੀ। ਬਹੁਤ ਹੈਵੀ ਲਾਈਟਸ ਲਾ ਕੇ ਹਾਈਲਾਈਟ ਕੀਤੀਆਂ ਹੋਈਆਂ ਤਸਵੀਰਾਂ। ਸ਼ਬਦ ਲਿਖੇ ਗਏ ਪੇਂਟਿੰਗ ਦੇ ਅੰਦਰ ਜੀ। ਕੁਈਨ ਨੂਰ ਜਹਾਂ ਵਿਜ਼ਿਟਿੰਗ ਗੁਰੂ ਹਰਗੋਬਿੰਦ ਸਿੰਘ ਜੀ, ਕੁਈਨ ਨੂਰ ਜਹਾਂ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ, ਬਹੁਤ ਰੇਅਰ ਪੇਂਟਿੰਗ ਹੈ। ਇਹ ਪਰਸ਼ੀਅਨ 'ਚ ਲਿਖਿਆ ਹੈ ਨਾਨਕ ਨਾਮਸਤ। ਇਤਿਹਾਸਿਕ ਗੁਰਦੁਆਰਾ ਸਾਹਿਬ ਸਾਹਿਬਾਲ ਗੱਲਾਂ ਮੰਡੀ ਵਾਲਾ ਗੁਰਦੁਆਰਾ ਸਾਹਿਬ ਹੈ। ਵਾਹ ਜੀ ਵਾਹ। ਗੁਰਦੁਆਰਾ ਸਾਂਦਾ ਵਾਲੀਆ ਮੇਰੀ ਪੇਂਟਿੰਗ ਸੀ, ਫੋਟੋ ਖਿੱਚੀ ਹੋਈ ਹੈ, ਮੇਰੇ ਕੋਲ ਵੀ ਹੈ। ਕੁਛ ਲਾਈਟਸ ਬਹੁਤ ਜ਼ਿਆਦਾ ਤੇਜ਼ ਵੀ ਨੇ ਜਿਹਦੀ ਵਜ੍ਹਾ ਨਾਲ ਨਹੀਂ ਨਜ਼ਰ ਆ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਸਮਾਧ ਹੈ ਲਾਹੌਰ ਫੋਰਟ ਤੋਂ ਬਾਹਰ ਨਿਹੰਗ। ਰੇਅਰ ਵਾਲ ਆਰਟ, ਠੀਕ ਹੈ ਜੀ। ਪਰਸ਼ੀਅਨ ਔਰ ਗੁਰਮੁਖੀ ਦੇ ਸਕ੍ਰਿਪਟਸ ਨੇ। ਇਹ ਤਮਾਮ ਦੇ ਤਮਾਮ ਸਿੱਖੀ ਨਾਲ ਰਿਲੇਟਿਡ ਜਿਹੜਾ ਆਰਟ ਹੈ ਉਹੀ ਹੈ। ਬਹੁਤ ਰੇਅਰ ਕਿਸਮ ਦਾ ਆਰਟ ਹੈ ਇਹ। ਪਰਸ਼ੀਅਨ ਪੰਜਾਬੀ ਆਰਟ ਕਹਿ ਲਓ ਤੁਸੀਂ। ਗੁਰਦੁਆਰਾ ਸ੍ਰੀ ਪੱਟੀ ਸਾਹਿਬ, ਠੀਕ ਹੈ ਜੀ, ਪੱਟੀ ਸਾਹਿਬ ਗੁਰਦੁਆਰਾ। ਨਨਕਾਣਾ ਸਾਹਿਬ ਦੀ ਪੁਰਾਣੀ ਦਰਸ਼ਨੀ ਡਿਊੜੀ, ਦਰਬਾਰ ਸਾਹਿਬ ਅੰਮ੍ਰਿਤਸਰ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ। ਗੁਰਦੁਆਰਾ ਸ੍ਰੀ ਮਾਲਜੀ ਸਾਹਿਬ ਜਿਹਦੀ ਸੇਵਾ ਹੁਣ ਕਾਰ ਸੇਵਾ ਜਿਹੜੀ ਹੈ ਹੁਣ ਮੁਕੰਮਲ ਹੋਈ ਹੈ ਦੁਬਾਰਾ ਤੋਂ, ਠੀਕ ਹੈ ਜੀ। ਗੁਰਦੁਆਰਾ ਸ੍ਰੀ ਕਿਆਰਾ ਸਾਹਿਬ, ਇਹ ਸਾਰੀ ਪੇਂਟਿੰਗਸ ਨੇ, ਠੀਕ ਹੈ ਜੀ, ਪੇਂਟਿੰਗਸ ਕੀਤੀਆਂ ਹੋਈਆਂ ਨੇ। ਇਸ ਗੁਰੂ ਘਰ ਦੀ ਦੁਬਾਰਾ ਤੋਂ ਕਾਰ ਸੇਵਾ ਹੋਈ ਹੈ। ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਤੰਬੂ ਸਾਹਿਬ,
ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਜਦੋਂ ਤੁਸੀਂ ਆਓਗੇ ਕਰਤਾਰਪੁਰ ਕੋਰੀਡੋਰ ਦੇ ਅੰਦਰ, ਤੁਹਾਨੂੰ ਇਹ ਮਿਊਜ਼ੀਅਮ ਵੈਲਕਮ ਕਰੇਗਾ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ, ਬਹੁਤ ਬਿਊਟੀਫੁਲ ਪਿਕਚਰ ਹੈ, ਦਰਬਾਰ ਸਾਹਿਬ ਕਰਤਾਰਪੁਰ ਦੀ ਓਲਡ ਪਿਕਚਰਸ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆਰਚਿਸ ਦੇ ਵਿੱਚੋਂ ਲਈ ਹੋਈ ਫੋਟੋ। ਗੁਰਦੁਆਰਾ ਸ੍ਰੀ ਕਿਆਰਾ ਸਾਹਿਬ, ਉਸ ਤੋਂ ਬਾਅਦ ਫਿਰ ਵਾਲ ਆਰਟ ਹੈ ਔਰ ਦਰਬਾਰ ਸਾਹਿਬ ਕਰਤਾਰਪੁਰ ਦੇ ਹੀ ਮੰਜ਼ਰ ਨੇ। ਠੀਕ ਹੈ ਜੀ, ਇੱਕ ਹੋਰ ਇੱਥੇ ਰੇਅਰ ਬਿਲਕੁਲ ਪੇਂਟਿੰਗ ਹੈ, ਆਪਾਂ ਵੀ ਤੁਹਾਨੂੰ ਦਿਖਾਉਂਦੇ ਹਾਂ, ਬਾਬਾ ਗੁਰੂ ਨਾਨਕ ਸਾਹਿਬ ਔਰ ਫਰੀਦ ਜੀ। ਬਾਬਾ ਗੁਰੂ ਨਾਨਕ ਸਾਹਿਬ ਔਰ ਬਾਬਾ ਫਰੀਦ ਜੀ, ਜਿਨ੍ਹਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਚੀ ਹੋਈ ਹੈ, ਹਜ਼ਰਤ ਮੀਆਂ ਮੀਰ ਔਰ ਗੁਰੂ ਅਰਜਨ ਦੇਵ ਜੀ, ਜਿੱਥੇ ਕਿ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਉਹਨਾਂ ਨੂੰ ਮੋਚੀ ਗੇਟ ਦੇ ਅੰਦਰ। ਤਾਂ ਦੇਖ ਲਓ ਬਾਬਾ ਆਪਣਾ ਸਾਈਂ ਮੀਆਂ ਮੀਰ ਜੀ ਜਿਹੜੇ ਆ ਉਹ ਦੁਹਾਈ ਦੇ ਰਹੇ ਹੈ ਕਿ ਇਸ ਕੰਮ ਨੂੰ ਰੋਕਿਆ ਜਾਏ, ਮਨ੍ਹਾ ਕੀਤਾ ਜਾ ਰਿਹਾ ਹੈ ਸਾਈਂ ਮੀਆਂ ਮੀਰ ਜੀ ਵੱਲੋਂ। ਇੱਕ ਓਨਕਾਰ ਔਰ ਅਰਬੀ 'ਚ ਨਾਲ ਲਿਖਿਆ ਹੋਇਆ, ਅੱਲਾ ਇੱਕ ਹੈ, ਅੱਲਾ ਵਾਹਿਦ ਹੈ। ਬਹੁਤ ਹੀ ਰੇਅਰ ਆਰਟ ਬਾਬਾ ਗੁਰੂ ਨਾਨਕ ਸਾਹਿਬ ਦਾ। ਇੱਕ ਓਮਕਾਰ ਔਰ ਨਾਲ ਹੀ ਗੁਰੂ ਖੰਡਾ। ਠੀਕ ਹੈ ਜੀ, ਇਹ ਬਹੁਤ ਪਿਆਰੀ ਰੇਅਰ ਪੇਂਟਿੰਗਸ ਨੇ, ਮਾਡਲ ਹੈ ਦਰਬਾਰ ਸਾਹਿਬ ਕਰਤਾਰਪੁਰ ਦਾ, 1 ਫੁੱਟ ਬਾਏ 1 ਫੁੱਟ ਦਾ ਹੈ ਜੀ। ਔਰ ਉਸ ਤੋਂ ਬਾਅਦ ਡਾਇਰੀਜ਼ ਵਾਇਲਟ ਦਰਬਾਰ ਸਾਹਿਬ ਕਰਤਾਰਪੁਰ ਦੇ ਹੋਣਗੇ। ਠੀਕ ਹੈ ਜੀ, ਤੁਸੀਂ ਦੇਖ ਚਲੋ ਇਹ ਆਪਣੇ ਟੇਬਲ ਦੇ ਉੱਤੇ ਰੱਖਣ ਵਾਲੀਆਂ ਚੀਜ਼ਾਂ, ਪੈੱਨ ਵਗੈਰਾ, ਪੈੱਨ ਹੋਲਡਰ ਵਗੈਰਾ। ਠੀਕ ਹੈ ਜੀ, ਪਲੇਟ ਹੈ। ਬੈਜਿਸ ਨੇ, ਇਹ ਉਹਨਾਂ ਨੂੰ ਪੇਂਟ ਕੀਤੇ ਜਾਣੇ ਨੇ ਜਿਨ੍ਹਾਂ ਲੋਕਾਂ ਨੇ ਸਰਵਿਸਿਜ਼ ਦਿੱਤੀਆਂ ਨੇ ਦਰਬਾਰ ਸਾਹਿਬ ਕਰਤਾਰਪੁਰ ਬਣਾਉਣ ਦੇ ਵਿੱਚ। ਕੜਾ ਸਾਹਿਬ ਕੜੇ ਨੇ, ਬ੍ਰੈਸਲੇਟਸ ਨੇ, ਉਸ ਤੋਂ ਟੋਪੀਆਂ ਨੇ ਕਰਤਾਰਪੁਰ ਸਾਹਿਬ ਨੇ, ਮੱਗੇ ਨੇ। ਇੱਦਾਂ ਕਰਕੇ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਤੁਸੀਂ ਸ਼ੋਪਿੰਗ ਕਰ ਸਕੋਗੇ ਔਰ ਲੈ ਕੇ ਜਾ ਸਕੋਗੇ। ਠੀਕ ਹੈ ਜੀ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਹੀਦ ਸ਼ਬੀਰ ਬਾਬਾ ਜੀ। ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜਿਸ ਵੇਲੇ ਤੁਸੀਂ ਆਉਣਾ ਹੈ ਕਿ ਤੁਹਾਨੂੰ ਇੱਥੇ ਦੇਖਣ ਨੂੰ ਕੀ ਮਿਲੇਗਾ। ਤੁਸੀਂ ਦੇਖੋਗੇ ਤੁਹਾਨੂੰ ਅਨੇਕਾਂ ਪੇਂਟਿੰਗਸ ਜਿਹੜੀਆਂ ਨੇ, ਖਾਸ ਕਰਕੇ ਗੁਰਮੁਖੀ ਸਕ੍ਰਿਪਟ ਔਰ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੀ ਹੈ ਪੇਂਟਿੰਗ ਜਿਹੜੀ ਹੈ ਪਰਸ਼ੀਅਨ ਆਰਟ ਜਿਹੜਾ ਉਹਦੇ ਵਿੱਚ ਮਿਕਸ ਹੈ, ਔਰ ਕਿੰਨੀ ਖੂਬਸੂਰਤ ਉਹ ਚੀਜ਼ ਲੱਗੇਗੀ। ਕਿਸ ਖਾਸ ਕਰਕੇ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਜਦੋਂ ਗਿਫਟ ਲੈ ਕੇ ਜਾਣੀਆਂ ਪਾਕਿਸਤਾਨ ਦੀ ਧਰਤੀ ਤੋਂ, ਤੁਸੀਂ ਜਿਸ ਵੇਲੇ ਆਓਗੇ ਤੁਸੀਂ ਦੇਖੋਗੇ, ਤੁਸੀਂ ਖੁਸ਼ੀਆਂ ਮਾਣੋਗੇ, ਬਾਬਾ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਪਾਕਿਸਤਾਨ ਤੋਂ ਲੈ ਕੇ ਜਾਓਗੇ। ਮੈਂ ਜਗਤ ਸੰਗਤ ਨੂੰ ਇੱਕ ਵਾਰੀ ਫਿਰ ਕਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ
ਦਰਬਾਰ ਸਾਹਿਬ ਕਰਤਾਰਪੁਰ ਵਿਖੇ ਆਓ ਔਰ ਬਾਬਾ ਜੀ ਦੀਆਂ ਖੁਸ਼ੀਆਂ ਜਿਹੜੀਆਂ ਨੇ ਪ੍ਰਾਪਤ ਕਰੋ ਔਰ ਜਗਤ ਸੰਗਤ ਨੂੰ 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀਆਂ ਲੱਖੋ ਲੱਖ ਵਧਾਈਆਂ ਬਟ ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਤੁਸੀਂ ਦੇਖੋ ਪੂਰਾ ਹਾਲ ਜਿਹੜਾ ਉਹ ਕਿਸ ਤਰੀਕੇ ਨਾਲ ਸਜਾਇਆ ਗਿਆ ਹੈ, ਇਹ ਪੇਂਟਿੰਗਸ ਜਿਹੜੀਆਂ ਨੇ ਤੁਹਾਡੇ ਲਈ ਲਾਈਆਂ ਗਈਆਂ ਨੇ ਔਰ ਇਹ ਉਹ ਵਾਲਾ ਆਰਟ ਹੈ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਨਾਪੈਦ ਹੋ ਗਿਆ ਸੀ ਔਰ ਰਾਈਟਿੰਗ ਜਿਹਨੂੰ ਕਿ ਖਤੇ ਸ਼ਿਕਸਤਾ ਕਿਹਾ ਜਾਂਦਾ ਹੈ ਉਹਦੇ ਵਿੱਚ ਪਰਸ਼ੀਅਨ ਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਉਹ ਵੀ ਮਿਲਣਗੀਆਂ। ਇਹ ਗਿਆਨੀ ਜੀ ਨੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਕਹਿ ਲਓ ਤੁਸੀਂ ਖਾਲਸਾ ਪੰਥ ਵਾਸਤੇ। ਸੋ ਆਪਾਂ ਇਹਨਾਂ ਦਾ ਵੀ ਜ਼ਿਕਰ ਕਰਦੇ ਚਲੀਏ ਔਰ ਇਹਨਾਂ ਦਾ ਨਾਮ ਇੱਥੇ ਲਿਖਿਆ ਹੋਇਆ ਜੀ, ਗਿਆਨੀ ਗੁਰਮੁਖ ਸਿੰਘ ਜੀ ਨੇ ਇਹ ਔਰ ਇਹਨਾਂ ਦਾ ਵੀ ਉੱਤੇ ਪੇਂਟਿੰਗ ਜਿਹੜੀ ਹੈ ਬਹੁਤ ਰੇਅਰ ਹੈ। ਖਾਸ ਕਰਕੇ ਆਹ ਪੇਂਟਿੰਗ ਮੈਨੂੰ ਬਹੁਤ ਪਸੰਦ ਆਈ ਹੈ ਜਿਹੜੀ ਕਿ ਤੁਸੀਂ ਕਹਿ ਸਕਦੇ ਹੋ ਕਿ ਮੈਂ ਪਹਿਲੇ ਕਦੀ ਨਹੀਂ ਦੇਖੀ ਪੰਜਾ ਸਾਹਿਬ ਦੀ। ਆਹ ਬਹੁਤ ਰੇਅਰ ਪੇਂਟਿੰਗ ਹੈ, ਆਹ ਪੰਜਾ ਹੈ ਜੀ ਔਰ ਨਾਲ ਦੀ ਨਾਲ ਹੀ ਉੱਤੇ ਤੁਸੀਂ ਦੇਖੋ ਆਰਟ ਜਿਹੜਾ ਹੈ ਉਹ ਕੀਤਾ ਹੋਇਆ। ਸੋ ਤੁਸੀਂ ਭੁੱਲਣਾ ਨਹੀਂ, ਆਉਣਾ ਜਦੋਂ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਅਤੇ ਆਪਣੇ ਰਿਮਾਰਕਸ ਜਿਹੜੇ ਨੇ ਇਸ ਪੇਂਟਿੰਗਸ ਦੇ ਬਾਰੇ, ਇਸ ਹਾਲ ਦੇ ਬਾਰੇ ਜਿਹੜਾ ਉਹ ਲਾਜ਼ਮੀ ਤੁਸੀਂ ਦੇਣੇ ਨੇ। ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਸ਼ਾਹਿਦ ਸ਼ਬੀਰ ਆਫਿਸ਼ੀਅਲ ਐਂਡ ਸੇਮ ਟਾਈਮ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ, ਠੀਕ ਹੈ ਜੀ। ਔਰ ਅਸੀਂ ਤੁਹਾਨੂੰ ਅੱਜ ਵਿਜ਼ਿਟ ਕਰਵਾ ਰਹੇ ਹਾਂ ਦਰਬਾਰ ਸਾਹਿਬ ਕਰਤਾਰਪੁਰ ਬਿਫੋਰ ਆ ਓਪਨਿੰਗ, ਕਿ ਤੁਸੀਂ ਕੀ ਚੀਜ਼ਾਂ ਇੱਥੇ ਜਿਹੜੀਆਂ ਆਓਗੇ ਔਰ ਦੇਖੋਗੇ।